ਪਿਆਰੇ ਵਿਦਿਆਰਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਤੰਬਰ ਟੈਸਟ ਲਈ ਵਿਭਾਗ ਵੱਲੋਂ ਇੱਕ ਡੇਟ ਸ਼ੀਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਥੋੜਾ ਜਿਹਾ ਚੇਂਜ ਕਰਦੇ ਹੋਏ ਹੁਣ ਵਿਭਾਗ ਨੇ ਨਿਊ ਰਿਵਾਈਜ਼ਡ ਡੇਟ ਸ਼ੀਟ 6 ਸਤੰਬਰ ਨੂੰ ਜਾਰੀ ਕੀਤੀ ਹੈ ਜੀ ਇਸ ਡੇਟ ਸ਼ੀਟ ਦੇ ਅਕੋਰਡਿੰਗ ਜੋ ਪੇਪਰਾਂ ਦਾ ਸਮਾਂ ਅਤੇ ਦਿਨ ਪਹਿਲਾਂ ਤੈਅ ਕੀਤਾ ਗਿਆ ਸੀ ਉਹ ਸੇਮ ਹੈ ਪੇਪਰਾਂ ਵਾਲੇ ਦਿਨ ਅਤੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਪਰ ਹਦਾਇਤਾਂ ਵਿੱਚ ਪਹਿਲਾਂ ਦਿੱਤੀਆਂ ਹਦਾਇਤਾਂ ਨਾਲ ਉਹਨਾਂ ਵਿੱਚ ਥੋੜਾ ਜਿਹਾ ਬਦਲਾਅ ਕੀਤਾ ਗਿਆ ਹੈ ਤੇ ਆਓ ਹੁਣ ਉਹ ਜਿਹੜੀਆਂ ਹਦਾਇਤਾਂ ਦੇ ਵਿੱਚ ਥੋੜਾ ਜਿਹਾ ਬਦਲਾਅ ਕੀਤਾ ਗਿਆ ਹੈ ਆਪਾਂ ਉਹ ਪੜ੍ਹ ਲੈਨੇ ਹਾਂ ਜੀ ਕਿਹੜੀਆਂ-ਕਿਹੜੀਆਂ ਹਦਾਇਤਾਂ ਹਨ ਜੀ ਪੂਰੀ ਡੇਟ ਸ਼ੀਟ ਨੂੰ ਇੱਕ ਵਾਰ ਦੇਖ ਲੈਣਾ ਆਪਣੇ ਕੋ ਜੋ ਦਿਨ ਅਤੇ ਸਮਾਂ ਜੋ ਪਹਿਲੇ ਪੇਪਰਾਂ ਦਾ ਸੀ ਉਹ ਸੇਮ ਹੈ ਉਸ ਦੇ ਵਿੱਚ ਕੋਈ ਚੇਂਜ ਨਹੀਂ ਆਇਆ ਹੈ ਜੀ 6ਵੀਂ ਤੋਂ ਲੈ ਕੇ 12ਵੀਂ ਤੱਕ ਹੁਣ ਕਿਹੜੀ ਹਦਾਇਤ ਹੈ ਜਿਸ ਦੇ ਵਿੱਚ ਪਹਿਲੇ ਨਾਲੋਂ ਚੇਂਜ ਕੀਤਾ ਗਿਆ ਹੈ ਜੀ ਉਹ ਦੇਖੋ ਜੀ ਹਦਾਇਤ ਨੰਬਰ ਆਪਣੇ ਕੋ ਹੈ ਜੀ ਪਹਿਲਾਂ 4 ਇਸ ਦੇ ਵਿੱਚ ਜੋ ਪਹਿਲਾਂ ਡੇਟਸ਼ੀਟ ਦੀ ਉਸ ਦੇ ਵਿੱਚ ਸੀਗਾ ਆਪਣੇ ਕੋ ਸਿਰਫ ਜੁਲਾਈ ਅਤੇ ਅਗਸਤ ਦਾ ਸਿਲੇਬਸ ਆਣਾ ਸੀ ਬਟ ਹੁਣ ਇਸ ਦੇ ਵਿੱਚ ਇਸ ਡੇਟਸ਼ੀਟ ਦੇ ਵਿੱਚ ਆਪਣੇ ਕੋ ਜੋ ਜਮਾਤਾਂ ਦਾ ਪ੍ਰੀਖਿਆ ਦਾ ਜੋ ਸਿਲੇਬਸ ਹੈ ਉਹ ਕਰ ਦਿੱਤਾ ਗਿਆ ਹੈ ਜੀ April ਤੋਂ ਲੈ ਕੇ ਅਗਸਤ ਤੱਕ ਸਾਰਾ ਹੀ ਤੇ ਇਸ ਦੇ ਵਿੱਚ ਵੀ ਆਪਣੇ ਕੋ ਦੋ 파ੜ ਕਰ ਦਿੱਤੇ ਗਏ ਹਨ April ਮਈ ਦਾ ਜੋ ਸਿਲੇਬਸ ਹੈ ਉਹ 25% ਆਏਗਾ ਤੇ ਜੁਲਾਈ ਅਗਸਤ ਦਾ ਜੋ ਸਿਲੇਬਸ ਹੈ ਆਪਣੇ ਕੋ 75% ਆਏਗਾ ਇਸੇ ਤਰ੍ਹਾਂ ਜੋ ਸਾਰੇ ਹੀ ਜੋ ਕੁਐਸਚਨ ਹਨ ਉਹ ਐਮਸੀਕਿਊ ਅਧਾਰਤ ਹੋਣਗੇ 8ਵੀਂ ਅਤੇ 10ਵੀਂ ਦੀ ਜਮਾਤਾਂ ਲਈ ਜਿਨ੍ਹਾਂ ਵਿਸ਼ਿਆਂ ਦਾ ਨੈਸ ਦਾ ਮੁਲਾਂਕਣ ਹੋਣਾ ਹੈ ਉਹਨਾਂ ਦਾ ਪੇਪਰ ਪੈਟਰਨ ਵੀ ਨੈਸ 2021 ਦੇ ਅਕੋਰਡਿੰਗ ਹੀ ਹੋਏਗਾ ਉਹਨਾਂ ਦੇ ਅਧਾਰਿਤ ਹੋਏਗਾ ਇਹਨਾਂ ਵਿਸ਼ਿਆਂ ਦੇ ਮੁਲਾਂਕਣ ਲਈ ਓਐਮਆਰ ਸ਼ੀਟ ਵੀ ਸੌਫਟ ਕਾਪੀ ਦੇ ਰੂਪ ਵਿੱਚ ਮੁਖ ਦਫ਼ਤਰ ਤੋਂ ਭੇਜੀ ਜਾਵੇਗੀ ਤੇ ਹਦਾਇਤ ਨੰਬਰ 6 ਦੇਖੋ ਜੀ ਆਪਣੇ ਕੋਕੀ ਲਿਖਿਆ ਹੋਇਆ ਹੈ ਜੀ 6ਵੀਂ 7ਵੀਂ 9ਵੀਂ ਅਤੇ 11ਵੀਂ ਅਤੇ 12ਵੀਂ ਦੇ ਪ੍ਰਸ਼ਨ ਪੱਤਰ ਵੀ MCQ ਅਧਾਰਤ ਹੋਣਗੇ ਤੇ ਇਹਨਾਂ ਪ੍ਰਸ਼ਨ ਪੱਤਰਾਂ ਦੀ ਜੋ ਵੇਟੇਜ ਹੈ ਪਹਿਲਾਂ ਤੋਂ ਨਿਰਧਾਰਿਤ ਪੇਪਰਾਂ ਦੇ ਕੁੱਲ ਅੰਕਾਂ ਦੀ 50% ਹੋਵੇਗੀ 8ਵੀਂ ਅਤੇ 10ਵੀਂ ਜਮਾਤਾਂ ਦੇ ਰਹਿੰਦੇ ਵਿਸ਼ਿਆਂ ਦਾ ਜੋ ਪੇਪਰ ਹੈ ਉਹ ਵੀ MCQ ਆਧਾਰਿਤ ਹੋਏਗਾ ਤੇ ਇਹਨਾਂ ਪ੍ਰਸ਼ਨਾਂ ਦੀ ਜੋ ਵੇਟੇਜ ਹੈ ਪਹਿਲਾਂ ਤੋਂ ਨਿਰਧਾਰਿਤ ਪੇਪਰਾਂ ਦੇ ਕੁੱਲ ਅੰਕਾਂ ਦਾ 50% ਹੋਵੇਗੀ। ਸਟੂਨ ਇਨਸਟਰਕਸ਼ਨਸ ਦੇ ਵਿੱਚ ਜੋ ਲਿਖਿਆ ਹੋਇਆ ਹੈ ਜੀ ਜੋ ਵੇਟੇਜ ਹੈ ਇਹ ਪਹਿਲਾਂ ਤੋਂ ਨਿਰਧਾਰਿਤ ਪੇਪਰਾਂ ਦੇ ਜੋ ਕੁੱਲ ਅੰਕ ਹਨ ਉਸ ਦਾ 50% ਹੋਵੇਗਾ। ਇਸ ਦਾ ਮੀਨਿੰਗ ਕਈ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਤੇ ਇਸ ਦਾ ਮੀਨਿੰਗ ਕੀ ਹੈ ਜੀ ਕਿ ਜੇਕਰ ਆਪਣੇ ਕੋ ਪੇਪਰ ਜੋ ਲਿਖਤੀ ਪੇਪਰ ਦੀ ਗੱਲ ਕਰ ਰਹੇ ਆ ਆਪਾਂ ਪ੍ਰੈਕਟੀਕਲਸ ਨੂੰ ਵਿੱਚ ਇਨਕਲੂਡ ਨਹੀਂ ਕਰਨਾ ਹੈ ਜੀ ਜੇਕਰ ਲਿਖਤੀ ਪੇਪਰ ਆਪਣੇ ਕੋ ਕਿਸੇ ਸਬਜੈਕਟ ਦਾ 80 ਨੰਬਰ ਦਾ ਹੈ ਰਿਟਰਨ ਪੇਪਰ ਤਾਂ ਉਸ ਨੂੰ ਆਪਾਂ ਦੋ ਦੇ ਨਾਲ ਡਿਵਾਈਡ ਕਰਦੇ ਨੇ ਹਨ ਤਾਂ ਉਹ ਜੋ ਪੇਪਰ ਹੈ ਆਪਣੇ ਕੋ ਉਹ ਇਸ ਸਮੇਂ ਸਤੰਬਰ ਦੇ ਟੈਸਟ ਵਿੱਚ ਉਹ 40 ਨੰਬਰ ਦਾ ਆਏਗਾ ਇਸੇ ਤਰ੍ਹਾਂ ਜੇ ਕਿਸੇ ਪੇਪਰ ਦਾ ਜੋ ਰਿਟਰਨ ਵਾਲਾ ਐਗਜ਼ਾਮ ਉਹ 90 ਨੰਬਰ ਦਾ ਹੈ ਤੇ 10 ਨੰਬਰ ਦੀ ਉਸ ਦੇ ਵਿੱਚ ਪ੍ਰੈਕਟੀਕਲ ਜਾਂ ਇੰਟਰਨਲ ਅਸੈਸਮੈਂਟ ਹੈ ਜੇਕਰ 90 ਨੰਬਰ ਦਾ ਉਹ ਪੇਪਰ ਹੈ ਫਾਈਨਲ ਵਾਲਾ ਤੇ ਇਸ ਸਮੇ ਆਪਣੇ ਕੋ 90/2 ਕਰਕੇ 50% ਆਪਾਂ ਲੈਣਾ ਹੈ ਤੇ ਇਸ ਸਮੇ ਉਹ ਜੋ ਆਏਗਾ ਉਹ 45 ਨੰਬਰਾਂ ਦਾ ਆਏਗਾ ਇਟ ਮੀਨ ਜਿਨਨੇ ਫਾਈਨਲ ਦੇ ਵਿੱਚ ਪੇਪਰ ਦੇ ਮਾਰਕਸ ਹੋਣਗੇ ਇਸ ਸਮੇ ਉਹਨਾਂ ਦੀ ਹਾਫ ਪਰਸੈਂਟੇਜ ਆਏਗੀ ਹਾਫ ਵੇਟੇਜ ਆਪਾਂ ਲੈ ਕੇ ਚੱਲਣਾ ਹੈ ਜੀ ਪੇਪਰ ਦੇ ਵਿੱਚ ਹੋਪ ਸਟੂਡੈਂਟ ਤੁਹਾਨੂੰ ਇਹ ਸਾਰੀਆਂ ਹੀ ਜੋ ਇਨਸਟਰਕਸ਼ਨਸ ਹੈ ਉਹ ਸਮਝ ਲੱਗ ਗਈਆਂ ਹੋਣਗੀਆਂ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਇਸ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦੇਣਾ ਧੰਨਵਾਦ